गुरु बिन
तत्ते
सवाल खड़ा होंदा है भी किहो जिहा ज्ञान कैसा ज्ञान ते उन्दे जवाब विच लफज होंदा है ऐसा ज्ञान कैसा ते ऐसा दोनों सवाल जवाब दिंदे ने क्योंकि ज्ञान ते हर एक चीज दा एक ख्याल करियो जिस ज्ञान का संबंध गुरु वालों दिता गया है गुरु सिद्धांत विच आया है जिंदे लई सिख गुरु नाल जुड़दा है गुरुद्वारे आउंदा है वो ज्ञान हर एक नहीं ਰੇਖਾ ਪੈ ਜਾਂਦਾ ਔਰ ਪੈ ਰਿਹਾ ਔਰ ਦੁੱਖ ਵਾਲੀ ਗੱਲ ਇਹ ਹੈ ਗੁਰਦੁਆਰੇ ਆ ਕੇ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਪ੍ਰਕਾਸ਼ ਕਰਕੇ ਉਹਦੀ ਹਜ਼ੂਰੀ ਵਿੱਚ ਬੈਠ ਕੇ ਅਸੀਂ ਕਈ ਵਾਰ ਦੂਜੇ ਗਿਆਨ ਨੂੰ ਟਿਕਾਣਾ ਆ ਬਣਾਉਂਦੇ ਹਾਂ ਠੀਕ ਹੈ ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ ਓਏ ਜੋ ਦਿਸੈ ਅੰਬਰ ਤਾਰੇ
ਕਿਣੋਏ ਚੀਤੇ ਚੀਤਨ ਹਾਰੇ ਸਵਾਸ ਦੇਅੰਸ ਬੜੇ ਵੱਡੇ ਵੱਡੇ ਸਾਇੰਸਦਾਨ ਵਿਗਿਆਨਿਕ ਇਸ ਪੜਚੋਲ ਵਿੱਚ ਲੱਗੇ ਹੋਏ ਨੇ ਇਹਨਾਂ ਤਾਰਿਆਂ ਦੀ ਕੀ ਹੋਂਦ ਹੈ ਇਹ ਗ੍ਰਹਿ ਨੇ ਤੇ ਇਹਨਾਂ ਗ੍ਰਹਿਆਂ ਦਾ ਹਰ ਇੱਕ ਦਾ ਕਿੰਨਾ ਕਿੰਨਾ ਆਕਾਰ ਹੈ ਕਈ ਗ੍ਰਹਿ ਵੱਡੇ ਨੇ ਕਈ ਗ੍ਰਹਿ ਛੋਟੇ ਨੇ ਕਈਆਂ ਗ੍ਰਹਿਆਂ ਵਿੱਚ ਕੋਈ ਪਦਾਰਥ ਹੈ ਕਈਆਂ ਵਿੱਚ ਨਹੀਂ ਹੈ ਕਿੰਨਾ ਕਈਆਂ ਗ੍ਰਹਿਆਂ ਵਿੱਚ ਜੀਵ ਵਸਦਾ ਹੈ ਜੀਵਨ ਹੈ ਕਈਆਂ ਵਿੱਚ ਨਹੀਂ ਹੈ ਆਖਰ ਧਰਤੀ ਵੀ ਤਾਂ ਇੱਕ ਗ੍ਰਹਿ ਹੈ ਇਹ ਵੀ ਗ੍ਰਹਿ ਦਾ ਅਰਥ ਤਾਂ ਹੈ ਇੱਕ ਘਰ ਗ੍ਰਹਿ ਆਪਾਂ ਘਰ ਨੂੰ ਆਖਦੇ ਹਾਂ ਗ੍ਰਹਿ ਦਾ ਅੱਖਰੀ ਅਰਥ ਹੈ ਘਰ ਘਰ ਖਾਲੀ ਹੈ ਘਰ ਸਖਣਾ ਹੈ ਕਿ ਇਹਦੇ ਵਿੱਚ ਕੋਈ ਰਹਿੰਦਾ ਹੈ ਘਰ ਖੰਡਰ ਹੈ ਕਿ ਘਰ ਖੂਬਸੂਰਤ ਹੈ ਵੱਖਰੀ ਵੱਖਰੀ ਕਿਸਮ ਹੈ ਵਿਗਿਆਨਿਕ ਮੈਂ ਇੱਕ ਵਾਰ ਕੀਤੀ ਸੀ ਵਿਗਿਆਨ ਨਾਲ ਵੀ ਲਫ਼ਜ਼ ਗਿਆਨ ਜੁੜਿਆ ਹੈ ਗਿਆਨ ਉੱਥੇ ਵੀ ਹੈ ਜੇ ਅਸੀਂ ਵਿਗਿਆਨ ਨੂੰ ਗੁਰੂ ਤੇ ਨਿਰਭਰ ਕਰ ਦੇਵਾਂਗੇ ਗੁਰੂ ਛੋਟੀਆਂ ਚੀਜ਼ਾਂ ਦਾ ਗਿਆਨ ਨਹੀਂ ਰੱਖਦਾ ਰੱਖਦਾ ਪਰ ਉਹਦਾ ਚਰਚਾ ਉਹਦਾ ਜੀਵਨ ਦਾ ਮਿਆਰ ਉਸ ਗਿਆਨ ਤੱਕ ਸੀਮਤ ਨਹੀਂ ਲਫ਼ਜ਼ ਬਾਬਾ ਕਬੀਰ ਜੀ ਦੇ ਆਏ ਸਨ ਤੇ ਉਹ ਜੋ ਦਿਸੇ ਅੰਬਰ ਤਾਰੇ ਕਿਹਨੇ ਉਹ ਚੀਤੇ ਚੀਤਨ ਹਾਰੇ ਉਹ ਤਾਰਿਆਂ ਦਾ ਗਿਆਨ ਰੱਖਣਾ ਇਹ ਵੀ ਗਿਆਨੀ ਤੂੰ ਤਾਰਿਆਂ ਦੀ ਗਿਣਤੀ ਵੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਉਹਨਾਂ ਦੇ ਸੰਬੰਧ ਵਿੱਚ ਵੀ ਬਹੁਤ ਕੁਛ ਜਾਣਨਾ ਚਾਹੁੰਦਾ ਪਰ ਤੂੰ ਇਹ ਕਿਉਂ ਵੀ ਜਾਣਨਾ ਚਾਹੁੰਦਾ ਇਹ ਤਾਰੇ ਬਣਾਏ ਕਿੰਨੇ ਨੇ ਕਿਹਨੇ ਹੋਏ ਚੀਤੇ ਚੀਤਨ ਹਾਰੇ ਤੂੰ ਆਸਮਾਨ ਦੀਆਂ ਉਚਾਈਆਂ ਛੋਹਣਾ ਚਾਹੁੰਦਾ ਤੇ ਛੋਹ ਰਿਹਾ ਪਰ ਆਖਰ ਆਕਾਸ਼ ਤੇ ਇਹ ਆਸਮਾਨ ਕਿਸਨੇ ਬਣਾਇਆ ਇਹ ਹੋਂਦ ਪੈਦਾ ਕਰਨ ਵਾਲਾ ਤੇ ਟਿਕਾਉਣ ਵਾਲਾ ਇਸ ਹੋਂਦ ਨੂੰ ਕੌਣ ਹੈ ਤੂੰ ਧਰਤੀ ਤੇ ਪਾਣੀ ਦੇ ਸੰਬੰਧ ਨੂੰ ਜਾਣਨਾ ਹੈ ਤੈਨੂੰ ਪਤਾ ਹੈ ਧਰਤੀ ਦੇ ਥੱਲੇ ਪਾਣੀ ਹੈ ਪਰ ਪਾਣੀ ਦੀ ਸਤਾ ਤੇ ਇਸ ਮਿੱਟੀ ਦੀ ਇੱਕ ਢੇਲੀ ਧਰਤੀ ਨੂੰ ਕਿੰਨੇ ਟਿਕਾ ਕੇ ਰੱਖਿਆ ਹੈ ਤੇ ਕਿਵੇਂ ਰੱਖਿਆ ਹੈ ਇਹ ਨਾ ਇਹ ਗਲਦੀ ਹੈ ਨਾ ਇਹ ਡੁੱਬਦੀ ਹੈ ਵੈਸੇ ਤਾਂ ਮਿੱਟੀ ਪਾਣੀ ਦੇ ਉੱਪਰ ਟਿਕ ਜਾਏ ਗਲ ਜਾਂਦੀ ਹੈ ਪਰ ਪਤਾ ਨਹੀਂ ਕਿੰਨੀਆਂ ਸਦੀਆਂ ਤੋਂ ਟਿਕੀ ਹੋਈ ਹੈ ਅਸਲ ਤੂੰ ਕਿਰਤ ਨੂੰ ਖੋਜ ਰਿਹਾ ਕਰਤੇ ਨੂੰ ਨਹੀਂ ਖੋਜ ਰਿਹਾ ਫਰਕ ਇਹ ਹੈ ਧਰਤੀ ਤੇ ਪਾਣੀ ਦੀ ਖੋਜ ਤਾਂ ਕਰ ਸਕਣਾ ਕਿ ਇਸ ਧਰਤੀ ਦੇ ਥੱਲੇ ਪਾਣੀ ਕਿੰਨਾ ਹੈ ਕਿੰਨੀ ਡੁੰਘਾਈ ਵਿੱਚ ਹੈ ਇਸ ਅਸਮਾਨ ਤੇ ਤਾਰੇ ਕਿੰਨੇ ਨੇ ਕਦੋਂ ਚੜ੍ਹਦੇ ਨੇ ਕਦੋਂ ਡੁੱਬਦੇ ਨੇ ਉਹਨਾਂ ਦਾ ਸਮਾਨ ਉਹਨਾਂ ਚੀਜ਼ਾਂ ਨੂੰ ਤਾਂ ਤੂੰ ਜਾਣ ਸਕਣਾ ਕਿਉਂਕਿ ਤੂੰ ਕੁਦਰਤ ਦੇ ਨੇੜੇ ਹੈ ਤੇ ਕੁਦਰਤ ਦਾ ਹਿੱਸਾ ਹੈ ਇਸ ਲਈ ਕੁਦਰਤ ਦੇ ਨੇੜੇ ਹੋਣਾ ਸੁਭਾਵਿਕ ਗੱਲ ਹੈ ਉਹ ਤੈਨੂੰ ਮਾਲਕ ਨੇ ਕਰ ਦਿੱਤਾ ਹੈ ਕਿਉਂਕਿ ਤੈਨੂੰ ਵੀ ਕੁਦਰਤ ਦਾ ਹਿੱਸਾ ਬਣਾਇਆ ਹੈ ਜਿਸ ਘਰ ਵਿੱਚ ਤੂੰ ਰਹਿਣਾ ਉਹਨੂੰ ਜਾਣਨਾ ਕੋਈ ਵੱਡੀ ਗੱਲ ਨਹੀਂ ਕੁਦਰਤ ਦਾ ਹਿੱਸਾ ਤੂੰ ਹੈ ਇਸ ਲਈ
तू कुदरत बारे जानना चाहना भी है, जान सकना भी है, इस विच कोई दो रहा नहीं। इसलिए तैनू भी ज्ञानी आखदे ने, पावे विज्ञानी आखदे ने, बाबा नाल जोड़ के विश्व ज्ञानी बन गया। तैनू भी पावे विज्ञानी आखदे ने, पर आपने तो ज्ञानी ने ना, क्योंकि तू किरत नाल संबंधित है, किरत नू जानना चाहना है, किरत दी खोज विच टिकिया। पर एक गल भुलना जाही, कोई करता भी है दुखांत है, अज दा दुखांत है, किरत विच बैठा होया मनुख करते नू भुल रहा है, करते नहीं पड़। गुरु ने इस गल का जवाब दिता कि विज्ञानी होर चीज है ते ब्रह्म ज्ञानी होर चीज है। मसला आज बहुत बनिया होया है, गुरु की की लोड़ है जी, ज्ञान ही गुरु है, ज्ञान ही गुरु है। चलदा चलदा मनुख इत्थे पहुंच गया है कि गुरु नानक तो पहला ज्ञान कोई नहीं सी, इत्थों तक पहुंच गया है। ज्ञान तो हमेशा रहा, उस तो पहला भी तो इस धरती ते बहुत कुछ बने, बड़े राइटर्स पुरानी पुस्तकां विच विज्ञान दियां नवियां नवियां काढ़ां मौजूद ने। तां इत्थों साबित हुंदा है कि ज्ञान पहलां वी सी ते ज्ञान गुरु है। मैं श्री गुरु ग्रंथ साहिब विचों तुहाडे नाल कुछ गल्लां साझियां करना चाहना, जरा एक बार ओह लाइन फिर पढ़ लेंगे। क्योंकि तू कुदरत दा हिस्सा होने करके कुदरत ही तेरी सीमा बन गई, तू इस तो तक मुनकर हो गया कि जेड़ा रब दिसदा नहीं असीं उहदे अगे अरदासां क्यों करिए। जेड़ा रब है ही नहीं, दिसदा ही नहीं, उहनूं उहदी होंद नूं क्यों पूजिए, क्योंकि कुदरत तेनूं दिसदी है। इसलिए तू कुदरत दे खेतर विच जीवना चाहना है, रुकना चाहना। गुरु कहिंदे ने मन तैनू दिसदा है, एक दुनिया दिसदी है, एक नहीं दिसदी। जेड़ी नहीं दिसदी उहने ये दिसन वाली दुनिया बनाई है। गुरु ने बाणी विच आख्या, निर्गुण ते सरगुण दृष्टाना। कोई बाणी दी ओ जेड़ा निर्गुण है दिसदा नहीं, ये सारा सरगुण जेड़ा दिसदा है ये उहने बनाया है। पढ़ी रहे आपी ने आप सारजियो, करता आप तू
ਤੇ ਮਨ ਵੀ ਦਿਸਦਾ ਨਹੀਂ, ਇਸ ਲਈ ਉਹ ਮਨ ਦੀ ਦੁਨੀਆ ਵਿੱਚ ਖੇਡਦਾ ਰਹਿੰਦਾ। ਰੋਜ਼ ਪੜ੍ਹਨੇ ਮੈਨੂੰ ਐਗਜ਼ਾਮਪਲ ਵਜੋਂ ਫਿਰ ਦੁਹਰਾਉਣਾ ਪੈਂਦਾ ਕਿ ਤਨ ਮੈਂ ਮਨੂਆ, ਮਨ ਮੈਂ ਸਾਚਾ, ਸੋ ਸਾਚਾ ਮਿਲ ਸਾਚੇ ਰਾਚਾ। ਉਹ ਮਨ ਵਿੱਚ ਰਹਿੰਦੇ, ਮਨ ਦਿਸਦਾ ਨਹੀਂ। ਜੋ ਬ੍ਰਹਿਮੰਡੇ ਸੋਈ ਪਿੰਡੇ, ਇੱਕ ਬ੍ਰਹਿਮੰਡ ਹੈ ਜਿਹੜਾ ਦਿਸਦਾ ਤੇ ਇੱਕ ਪਿੰਡੇ ਦੇ ਅੰਦਰ ਵੀ ਉਹ ਕੁਝ ਹੈ ਜਿਹੜਾ ਦਿਸਦਾ ਨਹੀਂ। ਜੋ ਕੁਝ ਬਾਹਰ ਹੈ ਉਹ ਅੰਦਰ ਵੀ ਹੈ। ਹੁਣ ਉਹ ਅੰਦਰਲਾ ਘਰ ਜਿਹੜਾ ਹੈ ਉਹਦੇ ਨਾਲ ਸੰਬੰਧ ਵੀ ਇੱਕ ਗਿਆਨ ਰੱਖਦਾ ਹੈ। ਜੇ ਬਾਹਰਲਾ ਸੰਸਾਰ ਜਿਹੜਾ ਹੈ ਇਹਦੀ ਹਰ ਇੱਕ ਚੀਜ਼ ਗਿਆਨ ਦੇ ਮੁਹਤਾਜ ਹੈ, ਕੋਈ ਦੋ ਰਾਇ ਨਹੀਂ। ਬਾਹਰ ਦੀ ਹਰ ਚੀਜ਼ ਗਿਆਨ ਦੇ ਮੁਹਤਾਜ ਹੈ। ਘਰ ਬਣਨਾ ਸਾਨੂੰ ਕੋਈ ਆਰਕੀਟੈਕਟ ਚਾਹੀਦਾ ਜਿਹਨੂੰ ਪਤਾ ਹੋਵੇ ਕਿ ਇਹੋ ਜਿਹਾ ਘਰ ਜਿਹੜਾ ਹੈ ਉਹ ਕਿਵੇਂ ਬਣਾਇਆ ਜਾ ਸਕਦਾ। ਗਿਆਨ ਹੈ, ਮਾੜੀ ਗੱਲ ਨਹੀਂ, ਪਰ ਉਹ ਘਰ ਦਾ ਗਿਆਨ ਰੱਖਦਾ। ਇੱਕ ਕੱਪੜਾ ਬਣਾਉਣ ਵਾਲਾ ਉਹ ਦੇਖਦਾ ਇਹਦੇ 'ਚ ਕਿੰਨਾ ਕਿਹੜਾ ਕਿਹੜਾ ਸਟੱਫ ਵਰਤਿਆ ਜਾਏ ਅਤੇ ਕਿਹੋ ਜਿਹਾ ਖੂਬਸੂਰਤ ਹੰਡ ਅਨੁਸਾਰ ਬਣੇਗਾ ਗਿਆਨ। ਅਲੈਕਸਿਟੀ ਦਾ ਗਿਆਨ ਰੱਖਣ ਵਾਲਾ ਪੱਖੇ ਬਣਾ ਰਿਹਾ ਹੈ, ਟੀ ਵੀ ਬਣਾ ਰਿਹਾ ਹੈ, ਅਨੇਕਾਂ ਚੀਜ਼ਾਂ ਬਣਾ ਰਹੇ ਉਪਜ ਦੇ, ਆਖਰ ਉਪਜ ਗਿਆਨ ਦੇ ਮੁਹਤਾਜ ਹੈ। ਇਹਦੇ 'ਚ ਕੋਈ ਦੁਨੀਆ ਪਰ ਕੁਦਰਤ ਦੇ ਗਿਆਨ ਦੇ ਮੁਹਤਾਜ ਹੈ ਨਾ ਜਿਹੜੀ ਚੀਜ਼ ਦਿਸਦੀ ਹੈ। ਕੁਦਰਤ ਦੇ ਗਿਆਨ ਦੇ ਮੁਹਤਾਜ ਹੈ। ਕੁਦਰਤ ਦਾ ਗਿਆਨ ਜਿੰਨਾ ਹੈ ਉਹ ਵਿਗਿਆਨ ਹੈ, ਵਿਸ਼ਵ ਗਿਆਨ। ਕੁਦਰਤ ਕਹਿੰਦੇ ਵਿਸ਼ਵ ਨੂੰ, ਉਹ ਵਿਗਿਆਨ ਦੇ ਘੇਰੇ ਵਿੱਚ ਆਉਂਦਾ, ਉਹ ਵਿਸ਼ਵ ਗਿਆਨ ਹੈ। ਗਿਆਨ ਉੱਥੇ ਹੈ, ਜ਼ਰੂਰਤ ਉਹਦੀ ਹੈ, ਪਰ ਉਹਦੀ ਜ਼ਰੂਰਤ ਕੇਵਲ ਦਿਸਣ ਵਾਲੀਆਂ ਵਸਤੂਆਂ ਬਣਾਉਣ ਵਿੱਚ ਹੈ। ਇੱਕ ਹੈ ਬ੍ਰਹਮ ਜਿਹੜਾ ਦਿਸਦਾ ਨਹੀਂ, ਜੇ ਭਲਾ ਉਹਨੂੰ ਜਾਣਨਾ ਹੋਵੇ ਉੱਥੇ ਗਿਆਨ ਦੀ ਲੋੜ ਨਹੀਂ। ਲਓ ਆਹ ਫਰਕ ਹੈ ਗੁਰੂ ਵਿੱਚ, ਗੁਰੂ ਤੋਂ ਪਹਿਲਾਂ ਵੀ ਗਿਆਨ ਸੀ, ਇਹ ਗੱਲ ਨਹੀਂ, ਝੂਠ ਨਹੀਂ। ਪਰ ਉਹ ਗਿਆਨ ਕੀ ਸੀ? ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇੱਕ ਥਾਂ ਬੜਾ ਖੂਬਸੂਰਤ ਜਵਾਬ ਦਿੱਤਾ, ਕਹਿਣ ਲੱਗੇ ਵੇਦਾਂ ਵਿੱਚ ਵੀ ਤਾਂ ਗਿਆਨ ਹੈ, ਵੇਦਾਂ ਵਿੱਚ ਵੀ ਗਿਆਨ। ਗੁਰੂ ਆਖਣਗੇ ਤੇ ਭਲਾ ਉਹ ਮਨੁੱਖ ਜਿਹੜੇ ਗਿਆਨ ਨੂੰ ਸੀਮਿਤ ਵਿਗਿਆਨ ਵਿੱਚ ਕਰਨਾ ਚਾਹੁੰਦੇ ਨੇ, ਉਹਨਾਂ ਕੋਲੋਂ ਕੋਈ ਪੁੱਛੇ ਵੀ ਕਥਾ ਵੇਦਾਂ ਵਿੱਚ ਗਿਆਨ ਨਹੀਂ ਸੀ? ਉਹ ਚੱਲਦੇ ਹੋ, ਹਰ ਇੱਕ ਚੀਜ਼ ਦਿਸਣ ਵਾਲੀ ਤੱਕ ਅਸੀਂ ਬ੍ਰਹਮ ਨੂੰ ਸੀਮਿਤ ਕਰਨਾ ਚਾਹੀਏ ਤਾਂ ਸਭ ਤੋਂ ਵੱਡਾ ਭੁਲੇਖਾ ਇਹ ਹੋਏਗਾ। ਕਦੇ ਮਹਾਭਾਰਤ ਦੇ ਯੁੱਧ ਵਿੱਚ ਮੈਂ ਐਗਜ਼ਾਮਪਲ ਦੇਣਾ ਚਾਹੁੰਦਾ, ਕਦੀ ਮਹਾਭਾਰਤ ਦੇ ਯੁੱਧ ਸਮੇਂ ਕ੍ਰਿਸ਼ਨ ਅਰਜਨ ਨੂੰ ਮੁਖਾਤਿਬ ਕਰਦੇ ਨੇ ਤੇ ਮੂੰਹ ਖੋਲ ਕੇ ਗੀਤਾ ਦੇ ਮੁਤਾਬਕ ਮੂੰਹ ਖੋਲ ਕੇ ਉਹਨੂੰ ਵਿਸ਼ਵਾਸ ਦਵਾਉਂਦੇ ਨੇ, ਆ ਦੇਖ ਮੇਰੇ ਮੂੰਹ ਵੱਲ, ਸਾਰਾ ਬ੍ਰਹਿਮੰਡ ਮੇਰੇ ਮੁੱਖ ਵਿੱਚ, ਸਾਰੇ ਬ੍ਰਹਿਮੰਡ ਦਾ, ਸਾਰੀ ਸ੍ਰਿਸ਼ਟੀ ਦਾ ਕਰਤਾ ਮੈਂ ਹਾਂ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਇਹ ਕਹਿ ਰਿਹਾ, ਕ੍ਰਿਸ਼ਨ ਸਦਾ ਅਵਤਾਰੀ ਰੁਦਾ, ਕ੍ਰਿਸ਼ਨ ਸਦਾ ਅਵਤਾਰੀ ਰੁਦਾ, ਕਿਤਲਾ ਤਰੇ ਸੰਸਾਰ ਗਾਵਨ ਗੋਪੀ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ। ਉਹ ਕੌਣ ਹੈ ਜਿਹਨੂੰ ਕਾਨ ਗਾਉਂਦਾ,
कौन है जिन्हू गोपियां गाउंदियां ने, ओ कौन है जिन्हू राम गाउंदा है, ओ भी तो भगवान का, ओनू भी तो भगवान आख्या जांदा। इहदा मतलब भगवान भगवान विच इक दिसण वाला भगवान है, एक ना दिसण वाला भगवान है। सोचा था सवाल खड़ा हो जाए, गावन गोपियां गावन कान गावन सीता राजे राम, निर्भव निरंकार ओ निराकार है, निर्भव निरंकार सच नाम जानका किया सगल जहान, वो करता है वो कितने हो सकता, वो करता है और करता जड़ा है, और नहीं दिसदा किरत दिसदी है, कुदरत ते कादर विच अंतर की है, कादर दिसदा नहीं कुदरत दिस रही है। गुरु ये कह रहे हैं निर्भव निरंकार सच नाम जनका किया सगल जहान, जिन्हें सारी सृष्टि नु बनाया है, कुदरत करके वस्या सोए दूजी कुदरत साजी है, नाम वाला करता है। और ऐथे गुरु इसे लिए ख्याल दे रहे हैं, कहते ने जे कृष्ण तक सीमित कर लिया जाए, तो कृष्ण कह रहा है मैं भगवान हाँ, आ देख मेरे मुंह विच अर्जुन सारा ब्रह्मांड मैं अपने अंदर समाया हुआ है, गीता ही होगा कहते। पर कभी श्री गुरु ग्रंथ साहिब का जवाब मतलब क्यों असि गुरु के ब्रह्म ज्ञान नाल किसी होर नु कंपेयर करने की कोशिश कर रहे हैं। गुरु ने एवं नहीं बाणी अंदर कह दिता, कह लगे गाफल ज्ञान बिहूने आ गुरबिन ज्ञान ना भार जीयो, ज्ञान बिहूने मनुख क्यों गुरु तो ज्ञान नु वख कर रहे हैं। हां ज्ञान दी लोड़ है, पर ज्ञान ज्ञान विच एक अंतर है, जिस ज्ञान का गुरु नाल संबंध है वह दिसण वाली चीज का ज्ञान नहीं, वो तो विज्ञानी अनेक हजारों की तादाद विच लगे हुए ने सारे ब्रह्मांड नू खोजन ले। पर जेड़ा बाणी रूप गुरु बोल रहे हैं वो की है, आप रोज पढ़ने हैं लोग जाने गीत है, लोग जाने ए गीत है ए तो ब्रह्म विचार, ए तो ब्रह्म दी विचार दा मसला है, इनू तो ब्रह्म ज्ञान आख्या जांदा है, ज्ञान ना विज्ञान नहीं आख्या जांदा, इनू ब्रह्म ज्ञान आख्या जांदा है, ते ओ ब्रह्म ज्ञान विच ते उस विश्व ज्ञान विच एक अंतर है, जेड़ा गुरु नानक तो पहला भी है वो भी ज्ञान है, इस विच कोई दो रहा नहीं। बड़ी खूबसूरत गल गुरु ने आखी कह लगे कथा कहानी बेदीरानी, वेदा ने कथा कहानियां दे रूप विच ज्ञान लियांदा है, ते वो ज्ञान किस चीज का, पाप पुण्य विचार, पापा ते पुन्ना दी विचार, आ पापी है आ पुन्ने है, देखियो ब्रह्म ज्ञान दी अवस्था विच जाके गुरु अर्जन साहब पातशाह जी ने पाप पुन्न दे संबंध विच की आख दिता, ओ तुसी रोज आप हुण भी पहला पढ़े कहिंदे पाप पुन्न ते कई कहावत है, सिर्फ कई जाण वाली चीज है, कहन लगे पाप पुण्य ते पई कहावत, को नरक को सुरग बंशावत। हुण इहो ही गल दा जवाब वेदां दा है,
वेद की करते ने जिंदा संबंध गुरबाणी गल आख दी कथा कहानी बेदी आनी पाप पुन विचार दे दे लैना लै लै देना नरक सुरग अवतार इथे भी शब्दावली ओ ही वेद कहंदे ने जे किसे नूं कुछ देंगा तां मिलेगा जे तू किसे कोलों लै रहे है ते तैनूं देना पएगा पाप ते पुन ने नरक ते सुरग दा साधन ने उहनां दे सहारे दित्ती दित्ता की लिया उहदे सहारे की कीता पुन जां पाप उहदे सहारे नरक सुरग गुरु क्योंकि विश्व ते नहीं ब्रह्म ते जा पहुंचे है कहिंदा फिर ब्रह्म दी दा की फंक्शन रह गया ब्रह्म दा की फंक्शन रह गया मैं कुछ दिता सी तो लै लिया तो हो ही लोग फिर कहिंदे ने उंदे अगे अरदास करन दी दा की फायदा उंदे अगे अरदास करन दा जे असी वेदां की कहानी ते जावांगे फिर तो सानूं समझना पएगा जो दिता सी वो लैणे जो लिया सी वो मैनूं देना पै गया इहदा शराब दा की फंक्शन रह गया रब कोलों असी की मंगीए दिता हुंदा तां जरूर मिल जांदा फिर तां अरदास करनी फजूल हो गई गुरु ने बाणी का मतलब बड़ा खूबसूरत जो कहने लगे रब का तो फंक्शन ही कौन लिया दे दे लेना लै लै देना नरक सुग्र अवतार भाव ब्रह्म नु दरम्यान विचों कढ देना केडी नास्तिकता है अज भी उस नास्तिकता को फैलाने लिए ब्रह्म नु रब नु दरम्यान विचों कढ़िया जा रहा है उनकी की अरदास की लोड़ है पर हुण तुसी सुखमनी साहिब विच इहो ही गल दा जवाब पढ़िया उत्थे गुरु कहिंदे ने पाप पुण तै वही कहावत को नरक को सुरग मनछावत आल जाल माया जंजाल होमे मोह भरम पै भाड़े तां होमे विच मैं कुछ दित्ता सी तां लिया मेरे ते कोई आसान है होमे मोह भरम पै भाड़े दुख सुख मान अभिमान अंक प्रकार की ओ बखियान पर गुरु ने आके समाप्त फैसला कर पौड़ी दे अखीर ते फैसला दिता अपन फेर आप कर देखे फर्क की है ब्रह्म ज्ञान विच ते विज्ञानी विच मेरा ज्ञान की पूजा करने वाले ते ब्रह्म ज्ञान की पूजा करने वाले विच अंतर की है वो कहता नहीं तेरा उनका कोई खेल नहीं तू दिता सी तो लै लिया जे लिया सी तो तेनू देना पैना है बल्कि इतने एक लफज देते गुरु ने उस वेद बाणी नू उस कथा कहानी नू बड़ा खूबसूरत लफ्जा विच चैलेंज किया कहन लगे दे दे लेना लै लै देना नरक सुग अवतार फिर अगे कहन लगे इत्थे बस नहीं उत्तम मध्यम जाति जिनसी भरम भवै संसार कोई उत्तम है वेदा दे मुताबिक कोई नहीं है वो तू जातियां दे आधार ते कर ले क्योंकि ब्राह्मण उच्चा है शूद्र नहीं है उत्तम मध्यम जाति जिनसी परम भवै इन परमा विच ही संसार दुखी हो रहा है ते गुरु कहता अगे जात ना जो रहा है अगे जीव नवे जिनकी लेखे पात पवै चंगे से दोहा विचारधारा दोहा ज्ञान विश्व ज्ञान वाले ते ब्रह्म ज्ञान वाले दी अवस्था का की अंतर है लगे तू कहना है उत्तम मध्यम जाति जिनसी परम भवै संसार ते हुण अगले पासे इसे शब्द की अगली लाइन विच कह दिता अमृत बाणी तत्व खाणी ज्ञान ध्यान विच पाई वो बाणी भी
ਗਿਆਨ ਧਿਆਨ ਵਿੱਚ ਆ ਗਈ ਉਹਦੇ ਕੋਲ ਵੀ ਗਿਆਨ ਸੀ ਉਹਨੇ ਆਖਿਆ ਨਹੀਂ ਫਿਰ ਤਾਂ ਤੂੰ ਹੰਕਾਰ ਵਿੱਚ ਹੋ ਗਿਆ ਤੂੰ ਦਿੱਤਾ ਸੀ ਤਾਂ ਲੈ ਲਿਆ ਮੈਂ ਉੱਤਮ ਸਾਹ ਉਹ ਨਹੀਂ ਸੀ ਹਰ ਪਾਸੇ ਹੰਕਾਰ ਹੋਮੇ ਆ ਗਏ ਮੈਂ ਉੱਤਮ ਹੋ ਨੀਚ ਹੈ ਮੈਂ ਕੁਝ ਦਿੱਤਾ ਸੀ ਤਾਂ ਲੈ ਲਿਆ ਲੈ ਲਿਆ ਲੈ ਲਿਆ ਸੀ ਇਸ ਦੇਣਾ ਪੈਣਾ ਰੱਬ ਦਾ ਕੋਈ ਫੰਕਸ਼ਨ ਹਰ ਪਾਸਿਓਂ ਰੱਬ ਨਾਲੋਂ ਪ੍ਰਭੂ ਨਾਲੋਂ ਬ੍ਰਹਮ ਨਾਲੋਂ ਤੋੜ ਦਿੱਤਾ ਗਿਆ ਕਿਉਂ ਕਿਉਂਕਿ ਬ੍ਰਹਮ ਗਿਆਨ ਹੀ ਹੈ ਨਹੀਂ ਵਿਸ਼ਵ ਗਿਆਨ ਹੈ ਵਿਸ਼ਵ ਗਿਆਨ ਵਿੱਚ ਤੇ ਬ੍ਰਹਮ ਗਿਆਨ ਵਿੱਚ ਅੰਤਰ ਕੀ ਹੈ ਕਿਉਂਕਿ ਤੂੰ ਬ੍ਰਹਮ ਗਿਆਨ ਦੇ ਖੇਤਰ ਵਿੱਚ ਗਿਆ ਹੀ ਨਹੀਂ ਤੂੰ ਵਿਸ਼ਵ ਗਿਆਨ ਦੇ ਖੇਤਰ ਤੂੰ ਕੁਦਰਤ ਦਾ ਹਿੱਸਾ ਬਣਿਆ ਹੋਇਆ ਕੇਵਲ ਕੁਦਰਤ ਨੂੰ ਪੂਜ ਰਿਹਾ ਤੇ ਕੇਵਲ ਕੁਦਰਤ ਨੂੰ ਜਾਣ ਰਿਹਾ ਤੂੰ ਕਹਿਣਾ ਰੱਬ ਕੋਈ ਹੈ ਨਹੀਂ ਤੂੰ ਬ੍ਰਹਮ ਤੱਕ ਪਹੁੰਚਦਾ ਤਾਂ ਇਹਨੂੰ ਪਤਾ ਲੱਗਦਾ ਵੀ ਉੱਥੇ ਇਹ ਜਾਤੀ ਜਿਣਸੀ ਕੋਈ ਨਹੀਂ ਉੱਥੇ ਲੈ ਲੈ ਦੇਣਾ ਦੇ ਦੇ ਲੈਣਾ ਵਾਲਾ ਇੱਕ ਸੌਦਾ ਕੋਈ ਨਹੀਂ ਉੱਥੇ ਅਰਦਾਸ ਵੀ ਹੈ ਉੱਥੇ ਬੇਨਤੀ ਵੀ ਹੈ ਉੱਥੇ ਬਖਸ਼ਿਸ਼ ਵੀ ਹੈ ਔਰ ਇਸੇ ਲਈ ਇੱਕ ਕਹਿਣ ਲੱਗੇ ਇੱਕ ਤਰੀਕਾ ਜ਼ਰੂਰੀ ਹੈ ਕਿ ਤੂੰ ਉਹਦੇ ਵੱਲ ਉਹਦੇ ਖੇਤਰ ਵੱਲ ਝਾਕ ਪਾਏ ਜਦੋਂ ਉਹਦੇ ਖੇਤਰ ਵੱਲ ਝਾਕ ਪਾਏਗਾ ਫਿਰ ਤੈਨੂੰ ਪਤਾ ਲੱਗੇਗਾ ਕਿ ਉਹ ਬ੍ਰਹਮ ਗਿਆਨ ਦੀ ਜਿਹੜੀ ਬੋਲੀ ਹੈ ਬ੍ਰਹਮ ਗਿਆਨ ਦੀ ਜਿਹੜੀ ਵਿਚਾਰਧਾਰਾ ਹੈ ਉਹ ਗੁਰੂ ਕੋਲ ਹੈ ਸੰਸਾਰਕ ਗਿਆਨ ਦੁਨੀਆਂ ਦੇ ਹਰ ਹਿੱਸੇ ਵਿੱਚ ਹੈ ਤੂੰ ਉਹਨਾਂ ਦੇ ਮੁਤਾਜ ਹੈ ਇਹ ਗੱਲ ਨਹੀਂ ਤੇ ਨਹੀਂ ਪਰ ਇੱਕ ਖਿਆਲ ਕਰ ਲੋਕ ਜਾਣੇ ਇਹ ਗੀਤ ਹੈ ਜੈਸੀ ਮੈਂ ਆਵੇ ਖਸਮ ਕੀ ਬਾਣੀ ਜੈਸੀ ਮੈਂ ਆਵੇ ਖਸਮ ਕੀ ਬਾਣੀ ਬੇਸੜਾ ਕਰੀ ਗਿਆਨ ਮੇਰਾ ਲੋ ਬ੍ਰਹਮ ਵਿਚਾਰ ਨਾਨਕ ਆਖ ਸੁਣਾਵੇ ਮਨ ਨੂੰ ਬੰਨਣ ਲਈ ਗਿਆਨ ਦੀ ਲੋੜ ਹੈ ਪਰ ਗਿਆਨ ਤੋਂ ਉੱਪਰ ਵੀ ਕੋਈ ਚੀਜ਼ ਹੈ ਜਿਹਦੇ ਕੋਲੋਂ ਗਿਆਨ ਮਿਲਦਾ ਬੜੀ ਖੂਬਸੂਰਤ ਇੱਕ ਉਦਾਹਰਨ ਦਿੱਤੀ ਤੇ ਕਹਿਣ ਲੱਗੇ ਮਨ ਕੁੰਚਰ ਵੱਖਰਾ ਕਰ ਦਿੱਤਾ ਮਨ ਹਾਥੀ ਹੈ ਪੀਲਕ ਮਹਾਵਤ ਜਿਹੜਾ ਹਾਥੀ ਨੂੰ ਚਲਾਉਣ ਵਾਲਾ ਹੈ ਉਹ ਗੁਰੂ ਹੈ ਗਿਆਨ ਦੀ ਜ਼ਰੂਰਤ ਹੈ ਗਿਆਨ ਇੱਕ ਕੁੰਡਾ ਹੈ ਜਿਹੜਾ ਮਹਾਵਤ ਦੇ ਹੱਥ ਵਿੱਚ ਹੁੰਦਾ ਹੈ ਮਹਾਵਤ ਗਿਆਨ ਨਹੀਂ ਮਤਲਬ ਫਰਕ ਬਾਣੀ ਨਹੀਂ ਮਹਾਵਤ ਕੁੰਡਾ ਨਹੀਂ ਹੁੰਦਾ ਤੇ ਕੁੰਡਾ ਮਹਾਵਤ ਨਹੀਂ ਹੁੰਦਾ ਹਾਂ ਮਹਾਵਤ ਦੇ ਹੱਥ ਵਿੱਚ ਕੁੰਡਾ ਹੁੰਦਾ ਗੁਰੂ ਦੇ ਹੱਥ ਵਿੱਚ ਗਿਆਨ ਹੈ ਗੁਰੂ ਦੇ ਮੁੱਠੀ ਵਿੱਚ ਗੁਰੂ ਕੋਲੋਂ ਗਿਆਨ ਪ੍ਰਾਪਤ ਕਰਨਾ ਹੈ ਆਪਣਾ ਵੀ ਲੱਗਦਾ ਮਾਈ ਗੁਰਬਿਨ ਗਿਆਨ ਨਾ ਪਾਈਏ ਇੱਕ ਥਾਂ ਬੜੀ ਖੂਬਸੂਰਤ ਗੱਲ ਗੁਰੂ ਸਾਹਿਬ ਨੇ ਬਾਣੀ ਵਿੱਚ ਆਖੀ ਕਹਿਣ ਲੱਗੇ ਗਿਆਨ ਗਿਆਨ ਕਥੈ ਸਭ ਕੋਈ ਕਥ ਕਥ ਬਾਦ ਕਰੇ ਦੁੱਖ ਹੋਏ ਕਹਿਣ ਲੱਗੇ ਗਿਆਨ ਗਿਆਨ ਦੀਆਂ ਗੱਲਾਂ ਹਰ ਕੋਈ ਕਰਦਾ ਹੈ ਤੇ ਇੰਨਾ ਕਰਦਾ ਹੈ ਇੰਨਾ ਕਰਦਾ ਹੈ ਕਿ ਉਹਦੇ ਵਿੱਚੋਂ ਬਾਦ ਖੜਾ ਕਰ ਲੈਂਦਾ ਹੈ ਟਕਰਾਓ ਖੜਾ ਕਰ ਲੈਂਦਾ ਹੈ ਉਹਦੇ ਵਿੱਚੋਂ ਫਿਰ ਕਲੇਸ਼ ਦੁੱਖ ਪੈਦਾ ਹੁੰਦੇ ਨੇ ਇੱਕ ਦੂਜੇ ਨਾਲ ਈਰਖਾ ਪੈਦਾ ਹੁੰਦੀ ਹੈ ਸਮਝਦਾ ਨਹੀਂ ਗਿਆਨ ਹੈ ਕਿ
गुरबाणी ज्ञान ज्ञान कथै सब कोए। अगले पासे कहन लगे तथ कथ बाद करे दुख होए, कथ कहने ते रहे न कोए, पर फिर भी कथरी बार बार कहन तो ज्ञान ज्ञान दियां गल्लां करन तो कोई रहिंदा नहीं। हर कोई कहिंदा ज्ञान मेरे को बाणी ने एक था के होर लफ़ज़ स्पष्ट कीते। कहन लगे कथन वाला कहन वाला कौन है, अज्ञानी जग कौआ मुख चुंच ज्ञान, उथे भी लफ़ज़ है। ज्ञान ज्ञान की गल्लां इन्नियां हो रही ने कि जिवें कां 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 बोलदा ना ते लगातार बोलदा चला जांदा। संसार भी अखे इक कौए दा रूप धारण कर गया। उथे ज्ञान दियां गल्लां बड़ियां गल्लां। कहन लगे जग कौआ मुख चुंच ज्ञान, मुख विच जिहड़ा ज्ञान ज्ञान का लफज है, इवें जिवें चुंज विचों कां 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 कौआ कर रहा है। गुरबाणी जग कौआ मुख चुंच ज्ञान, पर है कि अंतर लोभ झूठ अभिमान। अंदर ज्ञान नहीं हो पड़िया। जे तेनू ज्ञान अंदर होवे ते तेनू पता होवे बिना गुरु तो ज्ञान कितों नहीं मिलना। फैसला गुरबाणी दा कम से कम ज्ञान हासिल करने लई किसे ठिकाने ते तां पहुंच। फैसला बाणी दा अंदर लोभ झूठ अभिमान, लोभ झूठ ते अभिमान हंकार ते सहारे केवल ज्ञान ज्ञान दियां गल्लां करन वाला एक कां दा रूप धारण कर सकदा है। श्री गुरु ग्रंथ साहिब दी बाणी बल्कि श्लोक 12 ते वधीक विच जाके एक फैसला दे दित्ता गुरबाणी ने। कहन लगी ज्ञान ही ज्ञान पूजा, ज्ञान इन्हें जेड़ा मन रखे, अज्ञान दे नाल जेड़ा धर्म कर्म कर रहा है, अज्ञान दे सहारे धर्म खेत्र विच विचर रहा है, अंध वर्तावा पाओ दूजा। हुण पुछो भी भला वो ज्ञानहीन अज्ञान पूजा क्यों कर रहा है। जवाब बड़ा खूबसूरत से कहन लगे गुरु बिन ज्ञान अगलियां लाइना, क्योंकि गुरु तो बिना वो ज्ञान नू संभाल रहा। कह रहा है कि गुरु की लोड़ नहीं, ज्ञान ही गुरु है। फैसला बाणी का कहते हालत की है, गुरु बिन ज्ञान बिना गुरु तो ज्ञान की गल करना भी गुरु की लोड़ नहीं, ज्ञान ही गुरु है। फैसला बनी गया। कह लगे गुरु बिन ज्ञान धर्म बिन ध्यान सच बिन साथी मूलो ना पाके। कह लगे मूलो का मतलब होता है बिल्कुल नहीं, जड़ा तो सच है बिल्कुल नहीं हो सकता। कह लगे गुरु तो ज्ञान ज्ञान बिना गुरु तो ज्ञान बिल्कुल नहीं हो सकता, बिना धर्म तो ध्यान बिल्कुल नहीं हो सकता, बिना सच तो इस सारी कायनात दी बनतर बिल्कुल नहीं बन सकते। मूलो ना बाकी। कह लगे पर देख जाती हूं मानू कर रहे, मेरे रब ने मनुख बना के तेनू भेजा है ते आ के तू चला जाना है। मानू कर ले उठी चल ले चला जाना है, पर वेख साध ना ही उड़े ही गले। इन गल्ला ना विच
कोई स्वाद नहीं, कोई रस नहीं। तू बिना गुरु तो ज्ञान की गल करके, बिना कादर तो कर कुदरत की गल करके, भी कुदरत है कादर कोई नहीं, ज्ञान है गुरु कोई नहीं। इनका मतलब ब्रह्म नालों, कादर नालों, करते नालों ते गुरु नालों नास्तिक करके तोड़ के संसार नूं की देना चाहना है। गुरु इस गल का फैसला देंदे ते कहंदे भाई गुरु बिन ज्ञान ना सामने आउंदी है ते तू सोची पै जाना है कित्थों आई है, कित्थों आई है। दुनिया तो बाजार विचों भी कोई चीज खरीदन जा पहला पढ़ दे बेटे कित्थों बने। अज ते समा, अज दा वक्त ता इस गल दी मोहताज है, ब्रांड नेम चीज लैनी है, पता हो गए कितों किसी बड़ी कंपनी की हो। जे असी आखिए रब की बनाई हुई चीज है वो तो प्रवाह नहीं करता। कहना है कि ब्रांड नेम चीज हो गए, पर जे गुरु आखे नहीं रब की बनाई हुई कुदरत है, तू कहना नहीं ये आपे ही बनी। हर चीज का करता कोई है, सतगुरु ने एवं नहीं आख्या। जाके वस खान सुल्तान, जाके वस है सगल जहान, जाका किया सब किछ होए। जे ओ नहीं ता जिस दिन मनुख ओंदी होंद तो मुनकर हो गया, गुरु दी लोड़ नहीं, गुरु है नहीं, रब दी लोड़ नहीं, रब अगे अरदास की करनी है वो है नहीं, ता सोचो धार्मिक खेत्र विच साडे कोल की डर रह जाएगा। पता नहीं क्यों ये चीज़ां आए दिन सामने आ रही आईया ने। तद मैं ये दौरान पिछले हफ्ते कई फोन आए, इंडिया तो मैं नाम नहीं लेना चाहता, किसी वीर को गुरु सुमत दे जो बार बार यहोजे खड़े करता है रब है नहीं, गुरु है नहीं, कुदरती सब कुछ है, ज्ञान ही गुरु है। उन्दी शक्ति उन्दी बरकत तो मंकर होना, आखिर मनुखता नूं केड़े पासे ले जाना चाहता है। कुछ फोन आए भी इस तरह के प्रचार आम शुरू हो गया, होता रहा, सानूं जागण दी लोड़ है। इस तरह का प्रचार शुरू हो गया गुरबाणी राही, ये भलाई सो कुछ स्पष्ट कर सकता। जिन्नी सतगुरु ने सुबह दी तद मैं थोड़े रही
ਇਹ ਗੱਲ ਉਸ ਹੱਦ ਤੱਕ ਪਹੁੰਚਾਉਣਾ ਚਾਹੁੰਦਾ ਸਾਂ। ਇਹ ਸਾਡੀ ਸਥਿਤ ਇਹ ਸਥਾਨ ਇਸ ਲਈ ਹੈ ਤਾਂ ਕਿ ਗੁਰੂ ਦੀ ਗੱਲ ਸਪਸ਼ਟ ਕੀਤੀ ਜਾ ਸਕੇ। ਗੁਰੂ ਕਹਿੰਦਾ ਨਹੀਂ ਕਰਤਾ ਹੈ, ਕਰਤੇ ਨੂੰ ਹਰ ਕਿਰਤ ਤੋਂ ਪਹਿਲਾਂ ਪਛਾਣਨਾ ਹੈ। ਜੇ ਤੂੰ ਕਿਰਤ ਨੂੰ ਪੂਜਣ ਲੱਗ ਪਿਆ, ਕਰਤੇ ਨੂੰ ਛੱਡ ਦਿੱਤਾ ਤੇ ਫਿਰ ਉਹ ਹੀ ਹੋਏਗਾ ਠਾਕੁਰ ਛੋੜ ਦਾਸੀ ਕੋ ਸਿਮਰੈ। ਅਸੀਂ ਕਿਰਤ ਦੇ ਪੁਜਾਰੀ ਨਹੀਂ, ਅਸੀਂ ਕਰਤੇ ਦੇ ਪੁਜਾਰੀ ਹਾਂ। ਅਸੀਂ ਬ੍ਰਹਿਮੰਡ ਦੇ ਪੁਜਾਰੀ ਨਹੀਂ, ਬ੍ਰਹਮ ਦੇ ਪੁਜਾਰੀ ਹਾਂ। ਇਸੇ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਇਸੇ ਲਈ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਗੁਰੂ ਨਾਨਕ ਦੇ ਰਾਹੀਂ ਜਿਹੜਾ ਮੈਸੇਜ ਸਾਡੇ ਕੋਲ ਪਹੁੰਚਿਆ ਉਹ ਹੈ ਬ੍ਰਹਮ ਵਿਚਾਰ ਨਾਨਕ ਆਖ ਸੁਣਾਓ। ਗੁਰੂ ਨਾਨਕ ਨੇ ਬ੍ਰਹਮ ਦੇ ਵਿਚਾਰ ਸਾਡੇ ਤੱਕ ਰੱਖੀ, ਧਰਤੇ ਨਾਲ ਸਾਨੂੰ ਜੋੜਿਆ। ਇੱਕ ਉਹ ਜਪ, ਇੱਕ ਉਹ ਸਲਾਹ, ਇੱਕ ਸਿਮਰ, ਇੱਕ ਸਿੱਕੇ ਗੁਰੂ ਗਾਓ ਅਨੰਤ ਮਨ ਪੰਜਾਬ ਇੱਕ ਭਗਵੰਤ। ਅਸੀਂ ਉਸ ਬ੍ਰਹਮ ਤੋਂ, ਉਸ ਕਰਤੇ ਤੋਂ, ਉਸ ਗੁਰੂ ਤੋਂ ਮੂੰਹ ਨਹੀਂ ਮੋੜ ਸਕਦੇ। ਗੁਰੂ ਬਖਸ਼ਿਸ਼ ਕਰੇ ਅਸੀਂ ਜੁੜੇ ਰਹੀਏ ਇਹਨਾਂ ਸ਼ਬਦਾਂ ਨਾਲ। ਕਿਵੇਂ ਦਾ ਜਾ ਚੇਤਾ ਫਤਿਹ ਬੁਲਾਓ।